ਕਾਕੇ ਹੋਏ ਜੀ ਉਹ ਤੂੰ ਇਹ ਦੱਸ ਤੂੰ ਨਹਾਉਂਦਾ ਕਿਉਂ ਨਹੀਂਗਾ ਆਲੇ ਜਾਂਦਾ ਮਤਲਬ ਬਹੁਤ ਲੰਮਾ ਪ੍ਰੋਸੈਸ ਹੁੰਦਾ ਨਹਾਉਣਾ ਨਹਾਉਣਾ ਲੰਮਾ ਪ੍ਰੋਸੈਸ ਹੈ ਹਾਂ ਪਹਿਲਾਂ ਗਰਮੈਸ਼ ਕੱਢੋ ਠੰਡ ਲੱਗਦੀ ਜਿਹੜੀ ਉਹ ਤੋਂ ਬਾਅਦ ਮੈਂਥਲੀ ਪ੍ਰਪੇਅਰ ਹੋ ਉਹ ਬਾਅਦ ਕੱਪੜੇ ਲਾਓ ਫਿਰ ਨਹਾਣ ਜਾਓ ਪਾਣੀ ਵੇਖੋ ਗਰਮ ਹੋ ਜਾ ਕੇ ਨਹੀਂ ਉਹ ਤੋਂ ਬਾਅਦ ਨਹਾਓ ਫਿਰ ਪਿੰਡਾਂ ਸਕਾਓ ਫਿਰ ਕੱਪੜੇ ਪਾਓ ਬਹੁਤ ਲੰਮਾ ਪ੍ਰੋਸੈਸ ਲੱਗਦਾ ਗਦਾ ਹੀ ਹੈ ਟਲਦਾ ਕਿੰਨਾ ਨਹਾਉਣ ਤੋਂ ਕਿੰਨੇ ਦਿਨ ਬਾਅਦ ਨਹਾਉਣੇ ਲੱਗ ਸੱਚ ਪੁੱਛੋ ਤਾਂ ਚਾਰ ਦਿਨ ਬਾਅਦ ਤੇਰੀ ਮੰਮੀ ਤਾਂ ਕਹਿੰਦੀ ਵੀ ਹਫ਼ਤੇ 'ਚ ਇੱਕ ਦਿਨ ਨਹਾਉਂਦਾ ਲੇਖਾ ਯਾਰ ਤੁਹਾਨੂੰ ਤੇਰੀ ਮਾਂ ਨੇ ਦੱਸਿਆ ਮੈਨੂੰ ਇਹਨੂੰ ਵਾਲ ਧੋ ਪਿਆ ਕਹਿੰਦੇ ਮੈਂ ਤਾਂ ਮਾਂ ਤੇ ਫਿਰ ਉਹ ਨਹਾਉਣਾ ਥੋੜ੍ਹੀ ਹੋਇਆ ਉਹਨੂੰ ਡਰਾਈ ਕਲੀਨ ਕਹਿੰਦੇ ਆ ਪਰ ਉਹਨਾਂ ਨੇ ਕਿਆ ਪਤਾ ਲੱਗਾ ਕੋਈ ਵਾਲ ਧੋ ਕੇ ਹਾਂ ਤੇਰੀ ਮਾਂ ਨੂੰ ਸਭ ਪਤਾ ਹੈ ਤੇਰੀ ਮਾਂ ਉਹ ਡਰਾਈ ਕਲੀਨ ਕਰਕੇ ਆਏ ਨਾ ਤੂੰ ਤੇਰੇ ਤਾਂ ਪ੍ਰਾਈਡ ਹੋਣਾ ਚਾਹੀਦਾ ਸਾਨੂੰ ਕਿਹੜਾ ਪ੍ਰਾਈਡ ਉਹ ਜਿਹੜਾ ਤੁਸੀਂ ਮੇਰੇ ਕਮਰੇ ਚ ਕਦੇ ਨੀ ਆ ਕੇ ਬੈਠੇ ਕੀ ਚੱਕਰ ਆ ਦਾਦੀ ਕੋਲ ਬਹਿੰਦੇ ਨਾ ਦਾਦੂ ਕੋਲ ਬਹਿੰਦੇ ਦਾਦੀ ਤੇਰੀ ਬਿਮਾਰ ਰਹਿੰਦੀ ਉਹ ਇਸੇ ਗੱਲ ਚ ਰਹਿੰਦੀ ਹੈ ਹੁਣ ਜਿਹੜੀ ਸ਼ੂਗਰ ਹੋਈ ਆ ਜਾਂ ਹੋਰ ਸਮੱਸਿਆਵਾਂ ਆ ਰਹੀਆਂ ਸਰੀਰ ਦੇ ਵਿੱਚ ਦਾਦੀ ਕੋਲ ਬੈਠਿਆ ਕਰੋ ਟਾਈਮ ਲਿਆ ਕਰੋ ਪਾਣੀ ਪੀਣਾ ਆਰਾਮਦੇਵ ਉਹ ਕਹਿੰਦਾ ਵੀ ਸੋਵਾਂ ਟੇਢੇ ਹੋ ਗਏ ਜਮਾਂ ਟੇਢੇ ਹੋ ਗਏ ਤੇ ਲੱਤਾਂ ਵਾਲੀਆਂ ਤੈਨੂੰ ਚੱਕ ਕੇ ਫੋਲਡ ਕਰਕੇ ਤੇ ਉਹ ਕਹਿੰਦਾ ਵੀ ਐ ਤੁਹਾਡੀ ਹਵਾ ਸਰਕਦੀ ਰਹਿੰਦੀ ਹੈ ਜਦੋਂ ਦੀ ਰਾਤ ਨੂੰ ਸੋਨੇ ਆ ਨਾ ਜੇ ਤੁਸੀਂ ਐ ਟੇਢੇ ਹੋ ਕੇ ਸੋਨੇ ਹੋ ਤੇ ਹਵਾ ਸਰਕਦੀ ਆ ਆਪੇ ਤੁਹਾਡਾ ਪੇਟ ਆਪੇ ਸਾਫ਼ ਹੋ ਜਾਂਦਾ ਉਹ ਸੱਚੀ ਗੱਲ ਵਾਲੀ ਹਵਾ ਕਹਿ ਰਹੇ ਹੋ ਤੁਸੀਂ ਹਾਂ ਹਵਾ ਸਰਕਣੀ ਪੱਦ ਮਾਰਨਾ ਸੱਚੀ ਗੱਲ ਹੈ ਇੱਕ ਕਾਰ ਕੱਢੀ ਉਹਨੇ ਇਹ ਬਾਬੇ ਨੇ ਐ ਹੋ ਕੇ ਜਿਵੇਂ ਮੈਂ ਪਈ ਹਾਂ ਮੈਂ ਤਾਂ ਇਹ ਬੰਨੀ ਆ ਦਵਾਈ ਵੀ ਲੈ ਹੀ ਲਵਾਂ ਸ਼ੂਗਰ ਵੀ ਵਧੀ ਪਈ ਹੈ ਚੱਕਰ ਵੀ ਆਈ ਜਾਂਦੇ ਹੈ ਤਾਂ ਨਹੀਂ ਸਿਹਤ ਕਦੋਂ ਠੀਕ ਹੋਣੀ ਹੈ ਪਾਣੀ ਤਾਂ ਵੋਟੀ ਭੁੱਲ ਹੀ ਗਈ ਰੱਖਣਾ ਦਵਾਈ ਰੱਖ ਗਈ ਚਲੋ ਕੰਮ ਚ ਨਹੀਂ ਵੀ ਖਿਆਲ ਰਹਿੰਦਾ ਬੱਚਿਆਂ ਨੂੰ ਕਾਕੇ ਕਾਕੇ ਪੁੱਤ ਪਾਣੀ ਦੇ ਜਾ ਦਾਦੀ ਨੂੰ ਬੱਚੇ ਕਿਹੜਾ ਗੱਲ ਸੁਣਦੇ ਹੈ ਗੁੜੀਆ ਬੇਟਾ ਗੁੜੀਆ ਵੀ ਨੀ ਸੁਣਦੀ ਮੋਬਾਈਲ ਚ ਲੱਗੀ ਹੋਣੀ ਮਿੱਟੀ ਦੇ ਪਾਪਾ ਮੈਂ ਪਾਣੀ ਕਿਵੇਂ ਲਿਆਵਾਂ ਮੈਨੂੰ ਚੱਕਰ ਬੜੇ ਆਈ ਜਾਂਦੇ ਆ ਮੈਂ ਉੱਠੋਂ ਵਾਲਾ ਲਿਆ ਦੂੰਗਾ ਪਾਣੀ ਨੂੰ ਮੇਰੀ ਦਾਲ ਚਾੜਾਂ ਬੁਗੀ ਜਾਂਦੀ ਹੈ ਕੀ ਕਰਾਂ ਬੱਚੇ ਨਾਲ ਗੱਲ ਨਹੀਂ ਸੁਣਦੇ ਕੀ ਕਰੀਏ ਬੱਚੇ ਥੱਕ ਜਾਂਦੇ ਵਿਚਾਰੇ ਥੱਕ ਨਹੀਂ ਜਾਂਦੇ ਕੇਅਰਲੈਸ ਹੋ ਜਾਂਦੇ ਆ ਉਹਨਾਂ ਨੂੰ ਪਤਾ ਨੀ ਦਾਦੀ ਦਾਦੇ ਕੋਲ ਇੱਕ ਚੱਕਰ ਲਾ ਆਈਏ ਉਹਨਾਂ ਨੂੰ ਕੋਈ ਪਾਣੀ ਚਾਹੀਦਾ ਚੱਲ ਉਹਨਾਂ ਦੀ ਮਾਂ ਕੰਮ ਚ ਰੁੱਝੀ ਹੈ ਤੁਸੀਂ ਕੰਮ ਨੂੰ ਜਾਣਾ ਪਾਣੀ ਲੈਣ ਕੋਈ ਨੀ ਮੈਂ ਫੇਰ ਦੁਬਾਰਾ ਆਵਾਜ਼ ਦੇ ਕੇ ਦੇਖਦੀ ਹਾਂ ਤੁਹਾਡੇ ਵੀ ਗੋਡੇ ਦੁਖਦੇ ਆ ਕਾਹਨੂੰ ਖੇਚਲ ਦੇਣੀ ਹੈ ਤੁਹਾਨੂੰ ਕਾਕੇ ਬੇਟਾ ਗੱਲ ਸੁਣ ਲੋ ਹਾਂਜੀ ਦਾਦੀ ਬੁਲਾਇਆ ਹਾਂ ਪੁੱਤਰ
पानी लिया दे पुत, मेरी तबीयत बाली खराब है। एक मिनट फोन आ, एक मिनट। किथे बच्चे गल सुन दे, मैं क्या तो मिलियो ना पैना पानी। सारी दिहाड़ी फोना च बड़े रहिंदे, सारी दिहाड़ी। बेटा भी तो एक काम है ना, आपकी ड्यूटी समझिया करो। दादी नू टाइम सिर पानी देना है, दादी ने दवाई खानी है पुत्र। काके नू वाजा मारियां, ओ आया पानी देन लई ते उंदा फोन वज पिया। ओ कान नू ला के फोन जा ते बाहर नू निकल गया। फिर कुड़ी नू वाजा मारियां, ओ आई आई ते बाहरों रिंग हुई ते ओ बाहर चली गई। ते मेनू आके मुड़के मुड़ दादी लिया बोतल, बोतल भी लै गई ते मुड़ी भी नहीं। ते मैं बैठी हूँ दवाई खान तो। कोई नहीं, न्याणिया नू झिड़कना नहीं, झिड़कना न्याणिया नू पुत। काके काके, ओ काके, हाँ जी, मैं दस दादी ने पानी क्यों दिता है? दे दिला पापा जी, कड़ी गल कित चला गया सीगा? कॉल आ गई दोस्त, कॉल जरूरी सी के पानी जरूरी सीगा? तो दे दिला दी, कड़ी गल हो गई। इंदर तेन मैं बना, इंदरजीत हट जा तू। कोई गल नहीं बेटा, तुसी कोई एड्डी वड्डी गलती नहीं कीती। पर जदों तुहानू पता ना दादी उठ के चल नहीं सकदी, दादी पानी मंगे तो उस वेले ध्यान दिया करो, बाकी काम बाद च कर लिया करो। कोई गल नहीं बेटा, कई बार तबीयत ज्यादा खराब हो जाती है, बाकी तुसी चंगे बच्चे हो, कोई इदां दी गल नहीं बेटा। मैं माफ कीता तुहानू, कोई सजा देने वाली गल नहीं हैगी। तुहाडा प्यो तां कमला एवें कुट्टण बह जांदा है। टी तोड़ती कोई नी पुत, कोई नी मां सदके, कोई कमला है, कोई नी जाओ खेडो खेडो, मेरा पुत पढ़ लो फिर नाले। हुण थोड़ी देर चलनी है, चल लवे चलिए। हुण पता लग गई ना, समझ लग गई ना, गां तो ओ जी थां मारूंगा, बहनों भी जाऊंगे। ਵੱਡੇ ਐ ਗੁੱਗੂ ਗਿੱਲ।